ਸਤਿ ਸ੍ਰੀ ਅਕਾਲ ਆਦਾਬ ਨਮਸਤੇ ਹੈਲੋ ਸਭ ਤੋਂ ਪਹਿਲਾਂ ਮਾਫੀ ਕਿ ਇੰਨੇ ਦਿਨ ਤੱਕ ਇਹਨੂੰ ਜਾਰੀ ਨਹੀਂ ਰੱਖਿਆ ਅਗਲਾ ਅਗਲੀ ਕਿਸ਼ਤ ਰਿਕਾਰਡ ਨਹੀਂ ਕੀਤੀ ਤੇ ਅੱਜ ਫਿਰ ਹਾਜ਼ਰ ਹਾਂ ਦਸਵੀਂ ਕਿਸ਼ਤ ਲੈ ਕੇ ਕਿਤਾਬ ਹੈ ਅਮਿਤੋਜ ਦੀ ਖਲੀ ਤਰਕਸ਼ ਤੇ ਬਹੁਤ ਥੋੜੇ ਜਿਹੇ ਪੰਨੇ ਰਹਿ ਗਏ ਨੇ ਅੱਜ ਦੀ ਤੇ ਇੱਕ ਹੋਰ ਕਿਸ਼ਤ ਦੇ ਵਿੱਚ ਪੂਰੇ ਹੋ ਜਾਣਗੇ ਪਹਿਲੀ ਕਵਿਤਾ ਜਿਹੜੀ ਪੜ੍ਹਣੀ ਆ ਉਹਦਾ ਨਾਮ ਹੈ ਚੁੱਪ ਦਾ ਨਾਮਕਰਨ ਅਸੀਂ ਜੋ ਸਹਿਜੇ ਹੀ ਆਪਣੀ ਚੁੱਪ ਦਾ ਨਾਮਕਰਨ ਕਰ ਸਕਦੇ ਸੀ ਮਿਲੇ ਤਾਂ ਹਜ਼ਾਰਾਂ ਨਗਮਿਆਂ ਦੀ ਆਮਦ ਵਾਂਗ ਤੇ ਵਿਛੜ ਗਏ ਆਪਣੇ ਅਣਜੰਮੇ ਬਾਲਾਂ ਦੀਆਂ ਤੋਤਲੀਆਂ ਚੀਖਾਂ ਵਿੱਚ ਜਿਨ੍ਹਾਂ ਦੀਆਂ ਮਾਸੂਮ ਜਾਮਣੀ ਹਥੇਲੀਆਂ ਸਾਡੀਆਂ ਆਂਦਰਾਂ ਦਾ ਰੁਗ ਭਰਦੀਆਂ ਜਨਮ ਲੈਣ ਦਾ ਤਰਲਾ ਕਰਦੀਆਂ ਅਸੀਂ ਆਪਣੇ ਵਕਤਾਂ ਦੇ ਆਖਰੀ ਬੋਲ ਅਸੀਂ ਆਪਣੇ 나ੜੂ ਨਾਲ ਲਟਕਦੀਆਂ ਪੈੜਵਰੇਸੀਆਂ ਚੀਖਾਂ ਅਸਾਂ ਜਿਨ੍ਹਾਂ ਨੇ ਕਿਣਮਣ ਕਣੀਆਂ ਚ ਗੁਲਾਬੀ ਮਹਿਕ ਵਾਂਗ ਕੁਲ ਮਿਲ ਜਾਣਾ ਸੀ ਲਿਸ਼ਕੇ ਤਾਂ ਸੋਚਾਂ ਚ ਬੁੜੀਆਂ ਸੂਲਾਂ ਵਾਂਗ ਆਪਾਂ ਜਿਨ੍ਹਾਂ ਨੇ ਤੈਰਨਾ ਸੀ ਮਾਸੂਮ ਪਲਕਾਂ ਦੀ ਮੁਸਕਰਾਹਟ ਵਾਂਗ ਤੇ ਇੱਕ ਦਿਨ ਅਚਾਨਕ ਸ਼ਹਿਰ ਦੀਆਂ ਮਟਮੈਲੀਆਂ ਕੰਧਾਂ ਨੂੰ ਰੰਗ-ਬਰੰਗੇ ਬੱਦਲਾਂ ਨਾਲ ਪੋਛ ਦੇਣਾ ਸੀ ਗਿਰੇ ਤਾਂ ਨਾ ਉਮੀਦੀ ਦੇ ਖੰਡਰਾਂ ਤੇ ਅਗਲੀ ਕਵਿਤਾ ਹੈ ਕੋਖ ਤੇ ਰੁਖ ਤੂੰ ਹਮੇਸ਼ਾ ਹੀ ਮੈਨੂੰ ਆਪਣੀ ਛਾਂ ਵਾਂਗ ਸਿਰਜਿਆ ਚਾਹੁੰਦੀ ਤਾਂ ਤੂੰ ਮੈਨੂੰ ਆਪਣੇ ਬੀਜ ਵਾਂਗ ਵੀ ਸਿਰਜ ਸਕਦੀ ਸੀ ਦੁਬਾਰਾ ਪੜ੍ਹਦੀਆਂ ਲਾਈਨਾਂ ਸੋਹਣੀਆਂ ਨੇ ਤੂੰ ਹਮੇਸ਼ਾ ਹੀ ਮੈਨੂੰ ਆਪਣੀ ਛਾਂ ਵਾਂਗ ਸਿਰਜਿਆ ਚਾਹੁੰਦੀ ਤਾਂ ਤੂੰ ਆਪਣੇ ਬੀਜ ਵਾਂਗ ਵੀ ਮੈਨੂੰ ਸਿਰਜ ਸਕਦੀ ਸੀ ਤੂੰ ਚਾਹੁੰਦੀ ਤਾਂ ਮੈਂ ਧੁੱਪ ਵਾਂਗ ਚੜ ਸਕਦਾ ਸੀ ਲਟ-ਲਟ ਬਲ ਸਕਦਾ ਸੀ ਤੂੰ ਚਾਹੁੰਦੀ ਤਮੇ ਟੋਪ ਵਾਂਗ ਢਲ ਸਕਦਾ ਸੀ ਗਮਸਮ ਮਰ ਸਕਦਾ ਸੀ ਪਰ ਤੂੰ ਹਮੇਸ਼ ਹੀ ਚਾਇਆ ਮੈਂ ਤੇਰਾ ਪਰਛਾਵਾਂ ਬਣਿਆ ਤੇਰੇ ird gird ਘੁੰਮਦਾ ਰਹਾ ਆਪਣੇ ਇਨ ਸਿਰ ਅਣ ਸਿਰ ਜੇ ਵਜੂਦ ਨੂੰ ਚੁੰਮਦਾ ਰਹਾ ਤੇਰੇ ਮਿਲਣ ਤੋਂ ਪਹਿਲਾਂ ਮੈਂ ਇੱਕ ਕੋਖ ਵਿਹੂਣਾ ਜਾਦੂ ਸਾਂ ਤੇਰੇ ਮਿਲਣ ਤੋਂ ਮਗਰੋਂ ਮੈਂ ਅੱਜ ਕੋਖ ਵਿਹੂਣਾ ਜਾਦੂ ਹਾਂ ਅਜਿਬ ਤਮਾਸ਼ਾ ਹੈ اے ਯਾਰੋ ਜਾਦੂ ਕੁੱਖ ਚੋਂ ਬੋਲ ਰਿਹਾ ਹੈ ਕੁੱਖ ਦੇ ਦੁੱਖ ਸੁੱਖ ਰੋਖ ਨਾਲ ਫੋਲ ਰਿਹਾ ਹੈ ਅਗਲੀ ਕਵਿਤਾ ਹੈ ਗ੍ਰੀਟਿੰਗ ਕਾਰਡ ਮੈਂ ਹੁਣੇ ਆਪਣੇ ਮਨ ਨਾਲ ਸਲਾਹਾਂ ਪਿਆ ਕਰਦਾ ਸੀ ਕਿ ਮੈਂ ਉੱਡ ਕੇ ਤੁਹਾਡੇ ਕੋਲ ਪਹੁੰਚਾਂ ਤੁਹਾਡੇ ਸਾਹਮਣੇ ਤੁਹਾਡੇ ਵਿਚਕਾਰ ਇੱਕ ਹੰਗਾਮੇ ਵਾਂਗ ਫੈਲ ਜਾਵਾਂ ਤੇ ਕਹਾ ਲੋਵ ਚੁਣ ਲੋ ਜਿਹੜਾ ਜੀ ਕਰਦਾ ਹੈ ਇਸ ਸਾਲ ਮੈਂ ਬੜੇ ਰੰਗ-ਬਰੰਗੇ ਕਾਰਡ ਲੈ ਕੇ ਆਇਆ ਹਾਂ ਮਸਲਨ ਕਾਸ਼ਨੀ ਅਸਮਾਨ ਚ ਖੁਬਦੀਆਂ ਚਾਂਦੀ ਰੰਗੀਆਂ ਪਹਾੜੀਆਂ ਨੀਲੇ ਸਮੁੰਦਰ ਚ ਡੁੱਬ ਰਿਆ ਨਾਰੰਗੀ ਵਰਗਾ ਸੂਰਜ ਹਰੀਆਂ ਕਚੂਰ ਕਣਕਾਂ ਉੱਤੇ ਪੈ ਰਹੀ ਕਪਾਹੀ ਧੁੱਪ ਪਿਆਜ਼ੀ ਫੁੱਲਾਂ ਦਾ ਹੜ ਤੇ ਉੱਤੇ ਤੈਰਦੀ ਗੁਲਾਬੀ ਖੁਸ਼ਬੋ ਜਾਂ ਕਿਰਮਚੀ ਸਟਾਰ ਤੇ ਨੱਚ ਰਿਹਾ ਰਾਗ ਲਲਿਤ ਬਦਾਮੀ ਬੰਸਰੀ ਚੋਂ ਨਿਕਲਦੇ ਉਨਾਬੀ ਸੁਰ ਕਾਲੀ ਬਿੱਲੀ ਦੀਆਂ ਨਜ਼ਰਾਂ ਚੋਂ ਝਾਕਦੀ ਸੂਹੀ ਪਿਆਸ ਦੀ ਨਜ਼ਰ ਤੇ ਟੈਲੀਵਿਜ਼ਨ ਦੀ ਸਕਰੀਨ ਨੂੰ ਚੁੰਮਦੇ ਨੀਗਰੋ ਕੁੜੀ ਦੇ ਜਾਮਣੀ ਬੁੱਲ ਪਰ ਅਚਾਨਕ ਮੈਨੂੰ ਕੀ ਹੋ ਗਿਆ ਅਚਾਨਕ ਮੇਰਾ ਚਿਹਰਾ ਮੇਰੀ ਹਥੇਲੀ ਤੇ ਆ ਟਿਕਿਆ ਇਹ ਮਹਿਜ਼ ਇਤਫਾਕ ਦੀ ਬਾਤ ਹੈ ਕਿ ਅੱਜ ਤੋਂ ਕੁਝ ਸਾਲ ਪਹਿਲਾਂ ਅਸੀਂ ਦੋਵੇਂ ਇੱਕੋ ਮੁਲਕ ਵਿੱਚ ਪੈਦਾ ਹੋਏ ਤੇ ਇਹ ਵੀ ਮਹਿਜ਼ ਇਤਫਾਕ ਦੀ ਬਾਤ ਹੈ ਕਿ ਉਸ ਮੁਲਕ ਦੀ ਹਿੱਕ ਤੇ ਇੱਕ ਕੰਡਿਆਲੀ ਤਾਰ ਹੈ ਮੈਂ ਸਰਹੱਦ ਦੇ ਆ ਰਹਾ ਤੂੰ ਪਾਰ ਹੈ ਤੇ ਇਹ ਮਹਿਜ਼ ਇਤفاق ਦੀ ਬਾਤ ਹੈ ਜਾਂ مشکوک ਹਾਲਾਤ ਹੈ ਕਿ ਤੂੰ ਸਰਹੱਦ ਦੇ ਉਸ ਪਾਰੋਂ ਇੰਨੇ ਖੂਬਸੂਰਤ ਹਥਿਆਰ ਕਲਦਾਂ ਕਿ ਮੈਂ ਤੇਰੀ ਮੁਹੱਬਤ ਚੱਕਾ ਚੋਂਦ ਹੋਇਆ ਆਪਣੀ ਹੀ ਹਿੱਕ ਆਵਿੰਦਾ ਮੈਂ ਵਕਤ ਦੀ ਉਸ ਦਹਲ리즈 ਤੇ ਖੜਾ ਹਾਂ ਜਿੱਥੇ نقش ਕੱਚ ਵਾਂਗ ਪਿਗਲਦੇ ਹਨ ਤੇ ਫौलाਦ ਵਾਂਗ ਜੰਮ ਜਾਂਦੇ ਹਨ ਜਿੱਥੇ ਨਾ ਸੱਚ ਦੀ ਸੂਲੀ ਤੋਂ ਬਚਿਆ ਜਾ ਸਕਦਾ ਹੈ ਤੇ ਨਾ ਹੀ ਅਸਲੀਅਤ ਦੀ ਆਫਤ ਤੋਂ। ਪਿਆਜ਼ਾਦੀ ਦੇ ਨਕਸ਼। ਔਫ। ਮੈਂ ਵੀ ਕਿੱਡਾ ਮੂਰਖ ਹਾਂ ਦੋਸਤੋ। ਬਰੇ ਦਿਨਾਂ ਦੇ ਦਿਨ ਇੱਕ ਹੀ ਕਿੱਸਾ ਛੇੜ ਬੈਠਾ ਹਾਂ। ਸੱਚ ਜਾਣਿਓ ਅੱਜਕੱਲ ਮੈਂ ਮੌਤ ਤੋਂ ਨਹੀਂ ਡਰਦਾ। ਤੁਹਾਡੇ ਘਰ ਦੀਆਂ ਬਰੂਹਾਂ 'ਚ ਬੈਠੇ ਸਰਾਪੇ ਪਰਛਾਵਿਆਂ ਤੋਂ ਬਹੁਤ ਡਰਪਕਦਾ ਹਾਂ। ਪਰ ਤੁਸੀਂ ਉਦਾਸ ਕਿਉਂ? ਤੁਹਾਡੀ ਸਾਰੀ ਉਦਾਸੀ ਲਈ ਮੇਰੀਆਂ ਅੱਖਾਂ ਹਾਜ਼ਰ ਹਨ ਤੇ ਭਟਕਣਾ ਲਈ ਮੇਰੇ ਪੈਰ ਸੱਚ ਮੇਰਾ ਜੀ ਕਰਦਾ ਨਵੇਂ ਸਾਲ ਵਿੱਚ ਤੁਹਾਡੀਆਂ ਸੋਚਾਂ ਦੀ ਸਾਰੀ ਕੁੜੱਤਣ ਮੇਰੀਆਂ ਕਵਿਤਾਵਾਂ ਪੀ ਜਾਣ ਮੇਰੀਆਂ ਕਵਿਤਾਵਾਂ ਜਿਨ੍ਹਾਂ ਦੀ ਖੱਬੀ ਗੱਲ ਤੇ ਤਿਲ ਹੋਵੇ ਤੇ ਪੈਰਾਂ ਵਿੱਚ ਕਦੀ ਨਾ ਮੁੱਕਣ ਵਾਲਾ ਸਫ਼ਰ ਸੱਚ ਮੇਰਾ ਜੀ ਕਰਦਾ ਨਵੇਂ ਸਾਲ ਵਿੱਚ ਜੇ ਕਦੇ ਅੰਤਾਂ ਦੀ ਲੋ ਵਗੇ ਤਾਂ ਮੇਰੀਆਂ ਕਵਿਤਾਵਾਂ ਤੁਹਾਨੂੰ ਪਲਕਾਂ ਦੀ ਝਲ ਮਾਰਨ ਨਵੇਂ ਸਾਲ ਵਿੱਚ ਜੇ ਕਦੀ ਕਹਿਰਾ ਦਾ ਕੋਹਰਾ ਪਵੇ ਤਾਂ ਮੇਰੀਆਂ ਕਵਿਤਾਵਾਂ ਤੁਹਾਨੂੰ ਕਲਾ ਵਿੱਚ ਘੁੱਟ ਕੇ ਗਰਮਾ ਦੇਣ ਤੇ ਜਦ ਤੁਸੀਂ ਆਜ਼ਾਦੀ ਦੇ ਨਕਸ਼ ਲੱਭਣ ਲਈ ਹਾਂ ਸੱਚ ਮੁੱਚ ਆਜ਼ਾਦੀ ਦੇ ਨਕਸ਼ ਲੱਭਣ ਲਈ ਕਦੇ ਜੰਗਲ ਵਿੱਚੋਂ ਗੁਜ਼ਰਾਂ ਤਾਂ ਮੇਰੀਆਂ ਕਵਿਤਾਵਾਂ ਤੁਹਾਡੇ ਅੱਗੇ-ਅੱਗੇ ਤੁਹਾਡੇ ਦੁਸ਼ਮਣਾਂ ਦੀਆਂ ਸਫਾਂ ਤੇ ਦਸਤੀ ਬੰਬਾਂ ਵਾਂਗ ਡਿੱਗਣ ਸੱਚ ਮੇਰਾ ਜੀ ਕਰਦਾ ਮੈਂ ਹੁਣੇ ਆਪਣੇ ਮਨ ਨਾਲ ਸਲਾਹਾਂ ਪਿਆ ਕਰਦਾ ਸੀ ਕਿ ਮੈਂ ਹੁਣੇ ਉੱਡ ਕੇ ਤੁਹਾਡੇ ਕੋਲ ਪਹੁੰਚਾਂ ਕਿੰਨੀ ਸੋਹਣੀ ਕਵਿਤਾ ਹੈ ਨਾ ਅਗਲੀ ਕਵਿਤਾ ਹੈ ਅੰਦਰ ਕੋਈ ਨਹੀਂ ਹੈ ਮੇਰੀ ਮਾਂ ਨੂੰ ਸੀ ਧੋਖਾ ਮੈਂ ਪਹਿਲੇ ਦਿਨ ਹੀ ਪਾਂਦੇ ਨੂੰ ਪੜ੍ਹਾ ਕੇ ਪਰਤ ਆਵਾਂਗਾ ਉਹ ਨਹੀਂ ਸੀ ਜਾਣਦੀ ਕਿ ਆਦਮਖੋਰ ਸ਼ਹਿਰਾਂ ਵਿੱਚ ਵਿਦਿਆਲੇ ਨਹੀਂ ਅੱਜਕੱਲ ਕਿ ਆਦਮਖੋਰ ਸ਼ਹਿਰਾਂ ਵਿੱਚ ਮਹਿਜ਼ ਪ੍ਰਮਾਣ ਪੱਤਰ ਛਾਪਣ ਦੀਆਂ ਸਵੈਚਾਲਕ ਮਸ਼ੀਨਾਂ ਹਨ ਜੇ ਇਹ ਨਾ ਜਾਣਦੀ ਤਾਂ ਉਸ ਮੈਨੂੰ ਵਰਜ ਦੇਣਾ ਸੀ ਦੁਬਾਰਾ ਪੜ੍ਹਦੀਆਂ ਇੱਕ ਵਾਰੀ ਮੇਰੀ ਮਾਂ ਨੂੰ ਸੀ ਧੋਖਾ ਕਿ ਮੈਂ ਪਹਿਲੇ ਦਿਨ ਹੀ ਪਾਂਦੇ ਨੂੰ ਪੜ੍ਹਾ ਕੇ ਪਰਤਾਵਾਂਗਾ ਉਹ ਨਹੀਂ ਸੀ ਜਾਣਦੀ ਕਿ ਆਦਮਖੋਰ ਸ਼ਹਿਰਾਂ ਵਿੱਚ ਵਿਦਿਆਲੇ ਨਹੀਂ ਅੱਜਕੱਲ ਕਿ ਆਦਮਖੋਰ ਸ਼ਹਿਰਾਂ ਵਿੱਚ ਮਹਿਜ਼ ਪ੍ਰਮਾਣ ਪੱਤਰ ਛਾਪਣ ਦੀਆਂ ਸਵੈਚਾਲਕ ਮਸ਼ੀਨਾਂ ਹਨ ਜੇ ਇਹਨਾਂ ਜਾਣਦੀ ਤਾਂ ਉਸ ਮੈਨੂੰ ਵਰਜ ਦੇਣਾ ਸੀ ਮੇਰਾ ਇਤਰਾਜ਼ ਇਹਨਾਂ ਹੈ ਕਿ ਮੇਰੇ ਅਧਿਆਪਕ ਮੇਰੀ ਠੀਕ ਚਲਦੀ ਨਵਸਤੇ ਇਤਬਾਰ ਨਹੀਂ ਕਰਦੇ ਬੜਾ ਮੁਸ਼ਕਿਲ ਹੈ ਆਪਣੇ ਆਪ ਨੂੰ ਟੁੱਟੀ ਘੜੀ ਸੰਗ ਸੁਰ ਕਰ ਲੈਣਾ ਮੈਂ ਕਿਹੜੇ ਯੁੱਗ ਦਾ ਜਾਇਆ ਹਾਂ ਮੈਂ ਕਿਹੜੇ ਸ਼ਹਿਰ ਆਇਆ ਹਾਂ ਮੇਰਾ ਕੋਈ ਨਾਂ ਨਹੀਂ ਹੈ ਮੇਰਾ ਇੱਕ ਰੋਲ ਨੰਬਰ ਹੈ ਮੇਰਾ ਕੋਈ ਥਾਂ ਨਹੀਂ ਹੈ ਮੇਰਾ ਇੱਕ ਰੂਮ ਨੰਬਰ ਹੈ ਕਿ ਮੇਰੀ ਨਜ਼ਰ ਦਾ ਇੱਕ ਕਾਸ਼ਨੀ ਟੋਟਾ ਕੋਈ ਪੁਸਤਕ ਨਿਗਲ ਗਈ ਹੈ ਕਿ ਮੇਰੀ ਹੋਂਦ ਪਿਛਲਾ ਬੈਂਚ ਬਣ ਕੇ ਰਹਿ ਗਈ ਹੈ ਮੇਰੀ ਦੋਸਤ ਕੁੜੀ ਇਤਰਾਜ਼ ਕਰਦੀ ਹੈ ਕਿ ਮੈਂ ਉਸ ਦੇ ਮਹਿਕ ਦੇ ਵਾਲਾਂ ਮੈਂ ਉਸ ਦੇ ਹੱਸਦੇ ਆਂ ਬੁੱਲਾਂ ਤੇ ਕੋਈ ਨਜ਼ਮ ਨਹੀਂ ਲਿਖਦਾ ਤੇ ਮੇਰੇ ਯਾਰ ਜੋ ਮੇਰੇ ਜਿਸਮ ਦੇ ਘੇਰੇ ਚ ਉੱਗੇ ਜੰਗਲੀ ਫੁੱਲ ਹਨ ਉਹ ਮੇਰਾ ਮੂੰਹ ਚੜਾਉਂਦੇ ਹਨ ਤੇ ਮੈਨੂੰ ਠਿੱਠ ਕਰਨ ਲਈ ਉਹ ਮੇਰੇ ਜਿਸਮ ਉੱਤੇ ਇਹ ਲਿਖ ਦਿੰਦੇ ਹਨ ਅੰਦਰ ਕੋਈ ਨਹੀਂ ਹੈ ਅੰਦਰ ਕੋਈ ਨਹੀਂ ਹੈ ਅਗਲੀ ਕਵਿਤਾ ਹੈ ਆਂਤ ਕਿਸ ਰੋਜ਼ ਤੂੰ ਜਨਮਿਆ ਮੈਨੂੰ ਕੀ ਰਖਿਆ ਤੂੰ ਮੇਰਾ ਨਾਂ ਨਾ ਕੋਈ ਮੇਰਾ ਸ਼ਹਿਰ ਹੀ ਬਣਿਆ ਨਾ ਕੋਈ ਮੇਰਾ ਗਰਾਹ ਨਾ ਕੋਈ ਮੇਰਾ ਸੱਜਣ ਬੇਲੀ ਜਿਸ ਤੇ ਮਾਣ ਕਰਾਂ ਨਾ ਕੋਈ ਮੇਰਾ ਦੁਸ਼ਮਣ ਡਾਡਾ ਜਿਸ ਨੂੰ ਪਾਰ ਕਰਾਂ ਮੱਥੇ ਮੇਰੇ ਗੀਤ ਤੂੰ ਲਿਖਤੇ ਲਿਖ ਦਿੱਤੀਆਂ ਨਜ਼ਮਾਂ ਮੇਰੇ ਸੰਗ ਇਕੱਲੀ ਪਟਕੇ ਮੇਰੀ ਚੰਦਰੀ ਛਾਂ ਕੋਠੇ ਉੱਤੇ ਉੱਲੂ ਬੋਲਣ ਨਾ ਕੋਈ ਚਿੜੀ ਨਾ ਕਾਂ ਨੀ ਅੰਮੜੀਏ ਤੂੰ ਆਂਤ ਪੁੱਤ ਦੀ ਮਾਂ ਅਗਲੀ ਕਵਿਤਾ ਹੈ ਲੋਰੀਆਂ 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 ਜੀ ਹਾਂ ਲੋਰੀਆਂ ਦਿਨ ਸਾਂਵਲੇ ਰਾਤਾਂ ਗੋਰੀਆਂ ਲੋਰੀਆਂ ਲੈ ਭਾਈ ਲੋੜੀਆਂ ਜੀ ਜੱਗ ਥੋੜੀਆਂ ਵੇੜੇ ਘੋੜੀਆਂ ਬਨ ਜਾਈ ਮੇਰੇ ਬਾਬਲਾ ਕੁੱਖ ਮੇਰੀ ਦੀ ਭੁੱਖ ਨੂੰ ਦੁੱਖ ਸੁੱਖ ਨੂੰ ਸੁਣ ਜਾਈ ਮੇਰੇ ਬਾਬਲਾ ਉਸ ਦਿਨ ਬੜੀ ਬਰਸਾਤ ਸੀ ਅੱਧੀ ਰਾਤ ਸੀ ਪ੍ਰਭਾਤ ਸੀ ਮੇਰੀ ਕੁੱਖ ਚ ਇੱਕ ਸੌਗਾਤ ਸੀ ਇਸ ਨਵੇਂ ਮਹਿਮਾਨ ਲਈ ਕੋਈ ਤੋਤਲੀ ਧੁਨ ਗਾਈ ਮੇਰੇ ਬਾਬਲਾ ਬਾਗਾਂ ਚ ਪੱਕ ਗਏ ਜਾਮ ਨੂੰ ਇਹ ਮੰਗੇ ਖਾਣ ਨੂੰ ਮੇਰੀ ਜਾਨ ਨੂੰ ਇਦੀ ਪਹਿਚਾਨ ਨੂੰ ਸੋਣਾ ਜਾਂ ਕੋਈ ਨਾ ਨਵਾ ਇਹਦੀ ਬਾਹ ਉੱਤੇ ਖੁਣ ਜਾਈ ਮੇਰੇ ਬਾਬਲਾ ਲੋਰੀਆਂ ਲੈ ਭਈ ਲੋੜੀਆਂ ਜੀ ਜੱਗ ਥੋੜੀਆਂ ਵਿੜੇ ਘੋੜੀਆਂ ਬਨ ਜਾਈ ਮੇਰੇ ਬਾਬਲਾ ਲੋਰੀਆਂ ਤੇ ਆਖਰੀ ਕਵਿਤਾ ਪੜਦੇ ਆ ਵਫਾਦਾਰ نسل ਮੇਰੇ ਜਿਸਮ ਵਿੱਚ ਵਫਾਦਾਰ نسل ਦੀ ਬਾਕੀ ਹੈ ਇਹ ਦਿਨ ਇਹ ਗੱਲ ਮੈਨੂੰ ਉਸ ਦਿਨ ਹੀ ਸਮਝ ਆ ਗਈ ਸੀ ਜਦੋਂ ਮੇਰੇ ਅਧਿਆਪਕ ਨੇ ਚਾਕ ਤੇ ਸੋਟੀ ਮੈਨੂੰ ਸੰਭਾਲ ਦਿੱਤੀ ਸੀ ਤੇ ਆਪ ਕਈ ਪੀਰੀਅਡ ਸਕੂਲੋਂ ਗਾਇਬ ਹੋ ਗਿਆ ਸੀ ਮੇਰੇ ਜਿਸਮ ਵਿੱਚ ਵਫਾਦਾਰ نسل ਦੀ ਬਾਕੀ ਹੈ ਇਹ ਗੱਲ ਮੈਨੂੰ ਉਸ ਦਿਨ ਹੀ ਸਮਝ ਆ ਗਈ ਸੀ ਜਦੋਂ ਮੇਰੇ ਅਧਿਆਪਕ ਨੇ ਚਾਕ ਤੇ ਸੋਟੀ ਮੈਨੂੰ ਸੰਭਾਲ ਦਿੱਤੀ ਸੀ ਤੇ ਆਪ ਕਈ ਪੀਰੀਅਡ ਸਕੂਲੋਂ ਗਾਇਬ ਰਿਹਾ ਸੀ ਉਹੀ ਹੱਥ ਹਨ ਉਹੀ ਪੱਠੇ ਸਿਰਫ ਖੁਰਲੀ ਬਦਲ ਦੇਣ ਨਾਲ ਨਸਲਾ ਨਹੀਂ ਬਦਲ ਜਾਂਦੀਆਂ ਵਕਫੇ ਦੀ ਥਿਊਰੀ ਤੋਂ ਮੈਂ ਵਕਫਾ ਹ ਮੇਰੀਆਂ ਅੱਖਾਂ ਸਾਹਮਣੇ ਹਨ ਉਹੀ ਤਿਲ ਮਿਲਾਉਂਦੇ ਹੱਥ ਉਹੀ ਪਟਕਦੇ ਪੈਰ ਉਹੀ ਅਣ ਕਹੇ ਬੋਲ ਉਹੀ ਅਣ ਲਿਖੇ ਸ਼ਬਦ ਤੇ ਉਹੀ ਅਣ ਮਰੀਆਂ ਮੋਤਾਂ ਇਸ ਕੰਸੈਂਟਰੇਸ਼ਨ ਕੈਂਪ ਵਿੱਚ ਮੈਂ ਆਪਣੀ ਨਸਲ ਦੀ ਜ਼ਿੰਦਾ ਮਿਸਾਲ ਹਾਂ ਇਸ ਕੰਸੈਂਟਰੇਸ਼ਨ ਕੈਂਪ ਵਿੱਚ ਆਪਣੀ ਨਸਲ ਦੀ ਮੈਂ ਜ਼ਿੰਦਾ ਮਿਸਾਲ ਹਾਂ ਅ ਆਖਰੀ ਥੋੜੇ ਜਿਹ ਪੰਨੇ ਰਹਿ ਗਏ ਨੇ ਕੁਝ ਕਵਿਤਾਵਾਂ ਉਹ ਲੱਗਦੀ ਵਾ ਅਗਲੀ ਕਿਸ਼ਤ ਦੇ ਵਿੱਚ ਪੂਰੀਆਂ ਹੋ ਜਾਣਗੀਆਂ ਬਹੁਤ ਸਾਰਾ ਪਿਆਰ ਸਤਕਾਰ ਇਨਾ ਪਿਆਰ ਦੇਣ ਲਈ ਤੇ ਉਹਨਾਂ ਸਾਰੇ ਦੋਸਤਾਂ ਦਾ ਖਾਸ ਤੌਰ ਤੇ ਸ਼ੁਕਰੀਆ ਅ ਜਿਹੜੇ ਵਾਰੀ ਵਾਰੀ ਮੈਨੂੰ ਕਹਿੰਦੇ ਰਹੇ ਕਿ ਇੰਨੇ ਦਿਨ ਹੋ ਗਏ ਅਗਲੀ ਕਸਟ ਕੀਤੀ ਨਹੀਂ ਕਵਿਤਾਵੀਆਂ ਵੀਡੀਓਜ਼ ਕਿਉਂ ਬੰਦ ਕਰਤੀਆਂ ਆਈ ਥਿੰਕ ਉਹਨਾਂ ਕਰਕੇ ਹੀ ਇਹ ਬਣਾਈ ਮੈਂ ਤੇ ਧੰਨਵਾਦ ਸ਼ੁਕਰੀਆ ਥੈਂਕ ਯੂ ਸੋ ਮਾਚ ਸੁਣਨ ਲਈ ਤੇ ਨਾਲ ਬਣੇ ਰਹਿਣ ਲਈ ਅਗਲੀ ਵੀਡੀਓ ਫਿਰ ਦੁਬਾਰਾ ਲੈ ਕੇ ਹਾਜ਼ਰ ਹੋऊंगी ਤਦ ਤੱਕ ਲਈ ਥੈਂਕ ਯੂ